ਮੋਹਾਲੀ ਜ਼ਿਲ੍ਹੇ ਅੰਦਰ ਜੋ ਨਵਾਂ ਹਾਈਵੇ ਕੱਢਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਿਛਲੇ ਦਿਨੀ ਜੋ ਨੈਸ਼ਨਲ ਹਾਈਵੇ ਅਥਾਰਟੀ ਹੈ ਉਸ ਦੇ ਵੱਲੋਂ ਕਬਜ਼ਾ ਲੈਣ ਦੀ ਜੋ ਸ਼ੁਰੂਆਤ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਬੀਤੇ ਕੱਲ ਖਰੜ ਵਿਖੇ ਵੀ ਅੱਜ ਕੁਰਾਲੀ ਨੇੜੇ ਵੀ ਤੇ ਹੁਣ ਸੇਖਪੁਰਾ ਅੰਦੇੜੀ ਫਤੇਗੜ ਇੱਥੇ ਪਿੰਡਾਂ ਦੇ ਨਾਲ ਮੌਜੂਦ ਹੈ ਜਿੱਥੇ ਅੱਜ ਪ੍ਰਸ਼ਾਸਨ ਪੂਰੇ ਪੁਲਿਸ ਵੱਲ ਦੇ ਨਾਲ ਅਤੇ ਮਸ਼ੀਨਾਂ ਲੈ ਕੇ ਕਬਜ਼ੇ ਕਰਨ ਲਈ ਪਹੁੰਚਿਆ ਹੈ ਤੇ ਕਣਕ ਦੀ ਸਰੋਂ ਦੀ ਹੋਰ ਜੋ ਫਸਲ ਹੋ ਰਹੀ ਸੀ ਉਹ ਪੂਰੀ ਤਰ੍ਹਾਂ ਖਰਾਬ ਹੋ ਰਹੀ ਹੈ ਕਿਸਾਨ ਜੂਨੀਅਨ ਦੇ ਆਗੂ ਵੀ ਇੱਥੇ ਹਾਜ਼ਰ ਨੇ ਕਿਸਾਨ ਵਿਰੋਧ ਜਤਾ ਰਹੇ ਨੇ ਕਿਉਂ ਕਰ ਰਹੇ ਨੇ ਕੀ ਮਸਲਾ ਇਸ ਦੇ ਵਿੱਚ ਆਪਾਂ ਉਹ ਸਾਰੀ ਜਾਣਕਾਰੀ ਉਹਨਾਂ ਦੇ ਕੋਲ ਲੈਣੇ ਆ ਪਹਿਲਾਂ ਤਾਂ ਜੀ ਆਪਣੇ ਬਾਰੇ ਤੁਸੀਂ ਦੱਸੋ ਕਿਹੜੀ ਜੂਨੀਅਨ ਤੋਂ ਕਿਹ ਜੀ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਮੈਂ ਪਿੰਡ ਮੁਹਾਲੀ ਦਾ ਆਹ ਜੀ ਤੇ ਯੂਨੀਅਨ ਦੀ ਨਹੀਂ ਅਸੀਂ ਰੋਡ ਸੰਘਰਸ਼ ਕਮੇਟੀ ਦੇ ਤਰਫੋਂ ਬੈਠੇ ਹੋਏ ਹਾਂ ਜੀ ਮਸਲਾ ਕੀ ਹੈ ਜੀ ਜਿਹੜਾ ਹੁਣ ਇਸ ਤਰ੍ਹਾਂ ਹੈ ਜੀ ਐਨ ਐਚ ਆਈ ਹਾਈਵੇ ਐਨ ਐਚ ਆਈ ਨੇ ਨਵੀਂ ਸੜਕ ਕੱਢਣੀ ਹੈ ਜੀ ਮੁਹਾਲੀ ਵਿੱਚ ਤੋਂ 32 ਕਿਲੋਮੀਟਰ ਦੀ ਇਹਦੇ ਵਿੱਚ ਕਾਫੀ ਜਣਿਆਂ ਨੇ ਨੂੰ ਨੇ ਇਹਨੂੰ ਐਕਵੀਜ਼ੀਸ਼ਨ ਨੂੰ ਚੈਲੰਜ ਕੀਤਾ ਹੋਇਆ ਕੋਰਟ ਵਿੱਚ ਤੇ ਉਤੋਂ ਬਾਅਦ ਕਿਸੇ ਨੇ ਜਿਹੜੇ ਬੰਦਿਆਂ ਨੇ ਪੈਸੇ ਨਹੀਂ ਚੱਕੇ ਹੋਏ ਇਹ ਜਿਹੜਾ ਪ੍ਰਸ਼ਾਸਨ ਮਦਦ ਕਰ ਰਿਹਾ ਐਨ ਐਚ ਆਈ ਨੂੰ ਲੋਕਾਂ ਦੀ ਜ਼ਮੀਨ ਐਕਵਾਇਰ ਕਰਨ ਵਾਸਤੇ ਪਹਿਲੀ ਗੱਲ ਤਾਂ ਇਹਨਾਂ ਨੇ 60 ਦਿਨ ਦਾ ਨੋਟਿਸ ਦੇਣਾ ਚਾਹੀਦਾ ਹਾਂਜੀ ਹੁਣ ਜਿਹੜੇ ਸਾਹਿਬ ਜਿਹੜੇ ਦਿਖਾ ਰਹੇ ਨੋਟਿਸ ਵਾਸਤੇ 60 ਦਿਨ ਦਾ ਉਹ ਕਿਸੇ ਪਾਇਨੀਅਰ ਨਾਮ ਦੇ ਪੇਪਰ ਵਿੱਚ ਇਹਨਾਂ ਨੇ ਕੋਈ ਨੋਟਿਸ ਦਿੱਤਾ ਹੋਇਆ ਮੇਰੇ ਖਿਆਲ ਤੋਂ ਮੈਂ ਤਾਂ ਕਦੀ ਪਾਇਨੀਅਰ ਨਾਂ ਦਾ ਪੇਪਰ ਸੁਣਿਆ ਨਹੀਂ ਜੀ ਉਹ ਵੀ ਲੋਕਲ ਲੈਂਗੁਏਜ ਵਿੱਚ ਨਹੀਂ ਹੈ ਜੀ ਅੰਗਰੇਜ਼ੀ ਅਖਬਾਰ ਵਿੱਚ ਮੈਂ ਆਮ ਆਪਣੇ ਕੋਲ ਪੇਪਰ ਆਉਂਦੇ ਉਹਨਾਂ ਵਿੱਚ ਕੋਈ ਨਹੀਂ ਪੜਿਆ ਕਿਸੇ ਕੋ ਨਾ ਕੋਈ ਐਸੇ ਤਾਂ ਇਹਨਾਂ ਨੇ ਜਦੋਂ ਐਕ acquisition ਕਰਨੀ ਸੀ ਉਹ ਅਜੀਤ ਵਿੱਚ ਦਈ ਜੀ ਟ੍ਰਿਬਿਊਨ ਵਿੱਚ ਦਈ ਹੁਣ ਜਦੋਂ ਇਹ ਨੋਟਿਸ ਦੇਣਾ ਸੀਗਾ 60 ਦਿਨ ਦਾ ਇਹ ਇਹਨਾਂ ਨੇ ਕੋਈ ਪਾਇਨੀਅਰ ਨਾਮ ਦੇ ਪੇਪਰ ਵਿੱਚ ਦੇ ਆਇਆ ਜੀ ਉਦੋਂ ਵੀ ਜਿਹੜਾ ਪਾਇਨੀਅਰ ਨਾਮ ਦੇ ਪੇਪਰ ਵਿੱਚ ਦੇ ਆਇਆ ਹੈ ਉਹ 13 ਅਕਤੂਬਰ ਨੂੰ ਦੇ ਆਇਆ ਹੈ ਜੀ ਤੇ 60 ਦਿ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਅੱਜ 3 ਦਸੰਬਰ ਨੂੰ 13 ਦਸੰਬਰ ਤੇ ਬਾਅਦ ਇਹ ਕੋਈ ਗੱਲ ਕਰ ਸਕਦੇ ਹਾਂ ਪਰ ਇਹ ਜਿਹੜਾ ਵਿਭਾਗ ਹੈ ਸਾਡੇ ਨਾਲ ਕਿਸਾਨਾਂ ਨਾਲ ਜਿਹੜਾ ਧੱਕਾ ਕਰ ਰਿਹਾ ਇਹ ਮਨਮਰਜ਼ੀ 13 ਦਸੰਬਰ ਤੋਂ ਪਹਿਲੇ ਆ ਕੇ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਜੀ ਕਿਸਾਨ ਇਹਦੇ ਵਿੱਚ ਤਾਂ ਹੀ ਵਿਰੋਧ ਕਰ ਰਹੇ ਆ ਅਸੀਂ ਆਪਣੀ ਜ਼ਮੀਨਾਂ ਵਿੱਚ ਬੈਠੇ ਆ ਸਾਡੇ ਤੇ ਕਹਿੰਦੇ ਵੀ ਪਰਚਾ ਕਰ ਦਾਂਗੇ ਅਸੀਂ ਤਿਆਰ ਆ ਜੀ ਪਰਚਾ ਕਰਾਉਣ ਨੂੰ ਕਰ ਦਿਓ ਜੀ ਸਾਡੇ ਤੇ ਅਸੀਂ ਪਰ ਜ਼ਮੀਨ ਨਾ ਛੱਡਾਂਗੇ ਨਹੀਂ ਜੀ ਕਿਉਂਕਿ ਅਸੀਂ ਪੈਸੇ ਕਿਹੜੇ ਚੱਕੇ ਨਾ ਅਸੀਂ ਪੈਸੇ ਚੱਕੇ ਨਾ ਅਸੀਂ ਕੋਈ ਫਾਰਮ ਭਰੇ ਆ ਜੀ ਇਹੀ ਛੱਡੀ ਗੱਲ ਹੈ ਜੀ ਨਹੀਂ ਮੈਂ ਮਸਲਾ ਤਾਂ ਇੱਥੇ ਇਹ ਹੈ ਭਾਵੇਂ ਡੇਟ ਦੀ ਗੱਲ ਵੱਖਰੀ ਹੈ ਕਿ ਜਦੋਂ ਪੈਸਾ ਨਹੀਂ ਲਿਆ ਕਿਸਾਨ ਉਦੋਂ ਤੱਕ ਕੋਈ ਵੀ ਕਬਜ਼ਾ ਨਹੀਂ ਲਿਆ ਜਾਂਦਾ ਬਿਆਨਤਵਾਜ ਜਦੋਂ ਰਜਿਸਟਰੀ ਹੁੰਦੀ ਪੂਰੇ ਪੈਸੇ ਦੇ ਦਿੰਨੇ ਜੇਕਰ ਸਰਕਾਰ ਨੇ ਅਜ ਨਹੀਂ ਲਏ ਤੇ ਕਬਜ਼ਾ ਕਰਨ ਪਹਿਲਾਂ ਆ ਕੇ ਫਿਰ ਤੁਹਾਨੂੰ ਕੋਰਟਾਂ ਦੇ ਵਿੱਚ ਕੇਸ ਲੜਨੇ ਪੈਣਗੇ ਵੀਰ ਜੀ ਮਾੜੀ ਗੱਲ ਤਾਂ ਇੱਥੇ ਹੁੰਦੀ ਹੈ ਅੱਧੇ ਕਿਸਾਨ ਜਿਹੜੇ ਪਿੱਛੇ ਦੱਸ ਰਹੇ ਆਂ ਕਹਿੰਦੇ ਉਹਨਾਂ ਨੇ 30 ਲੱਖ ਰੁਪਏ ਉਹਨਾਂ ਨੇ ਕਿਸੇ ਕਿਸੇ ਨੇ ਫਾਰਮ ਵੀ ਭਰਿਆ ਹੋਇਆ ਜੀ ਅਸੀਂ ਤਾਂ ਚਲੋ ਭਰਿਆ ਹੀ ਨਹੀਂ ਹੈ ਕਿ ਸੇਕ ਕਿ ਸਨੇ ਪਰਿਆ ਕਹਿੰਦੇ 30 ਲੱਖ ਰੁਪਏ ਦੇ ਆਏ ਬਾਕੀ 1.5 ਕਰੋੜ ਦੀ ਉਹਨਾਂ ਦੀ ਅਮਾਉਂਟ ਹੈ ਕਹਿੰਦੇ ਪਾ ਦਾਂਗੇ ਕੋਈ ਗੱਲ ਨਹੀਂ ਅੱਜ ਸ਼ਾਮ ਨੂੰ ਚਲੋ ਡੀਆਰਓ ਕੋਲ ਪਾ ਦਾਂਗੇ ਇਹ ਇਹ ਦਦਾਧੋੜੀ ਹੁੰਦਾ ਜੇ ਜ਼ਮੀਨ ਨਹੀਂ ਪੱਦਰ ਤੇ ਆ ਕੇ ਇਹ ਗਾਓ ਵੀ ਅੱਜ ਪਵਾ ਦਾਂਗੇ ਕੱਲ ਨੂੰ ਪਵਾ ਦਾਂਗੇ ਹੁਣ ਤੱਕ ਪਹਿਲਾਂ ਤੁਸੀਂ ਪੈਸਾ ਪਾੰਦੇ ਹੋ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਹਾਂ ਇਹ ਜ਼ਮੀਨ ਤੁਹਾਡੀ ਅੱਜ ਅਕਵਾਇਰ ਕਰਨ ਆ ਰਹੇ ਹਾਂ ਅਸੀਂ ਤੁਹਾਨੂੰ ਤਾਂ ਸਾਡਾ ਦੀ ਨੋਟਿਸ ਬਣਦਾ ਸੀ ਬਿਨਾ ਪੈਸੇ ਦੇ ਉੱਤੇ ਤੋਂ ਅਕਵਾਇਰ ਕੀਤਾ ਜਾ ਰਿਹਾ ਹੈ ਜ਼ਬਰਦਸਤੀ ਕੀਤੀ ਜਾ ਰਹੀ ਏ ੱੱਕਾ ਕਰਿਆ ਜਾ ਰਿਹਾ ਹੈ ਜੀ ਪ੍ਰਸ਼ਾਸਨ ਖੜਾ ਪ ਬੈਠੇ ਜਮੀਨਾ ਦੇ ਜਿਹੜਾ ਅਫਸਰ ਹਨ ਕਾਰਵਾਈ ਕਰਨੀ ਕਰ ਸਕਦੇ ਸਾਡੇ ਤੇ ਜੀ ਹੋਰ ਕੀ ਕਰ ਸਕਦੇ ਆ ਅਸੀਂ ਅਸੀਂ ਤਾਂ ਆਪਣਾ ਸਾਈਲੈਂਟ ਮਤਲਬ ਆਪਣਾ ਜਿਹੜਾ ਹੈ ਮੂਕ ਮੋਰਚਾ ਇੱਕ ਤਰ੍ਹਾਂ ਦੇ ਬੈਠੇ ਆ ਜਿੱਥੇ ਲੈ ਕੇ ਅਸੀਂ ਕੋਈ ਤੱਕਾ ਨਹੀਂ ਕਰਨਾ ਜੀ ਪ੍ਰਸ਼ਾਸਨ ਨੇ ਜਿਹੜਾ ਸਾਡੇ ਨਾਲ ਤੱਕਾ ਕਰਨਾ ਹੋਊਗਾ ਕਰ ਹੀ ਜਾਊਗਾ ਜੀ ਆ ਗਰੇ ਵਾਲੀ ਜਿਹ ਪਹਿਲਾਂ ਤਾਂ ਇਹ ਜਿਹੜੀ ਕੀ ਨਾਂ ਇਹਨੂੰ ਦਿੱਤਾ ਗਿਆ ਜਿਹੜੀ ਇਹ ਹਾਈਵੇ ਕੱਢਿਆ ਜਾ ਰਿਹਾ ਹੈ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਪੂਰੇ ਦੇਸ਼ 'ਚ ਚੱਲ ਰਿਹਾ ਹੈ ਉਹਦਾ ਹਿੱਸਾ ਇੱਕ ਮੁਹਾਲੀ ਜ਼ਿਲ੍ਹੇ 'ਚ ਬਣਾਇਆ ਜਾ ਰਿਹਾ ਹੈ ਇਹ ਆਪਣਾ ਪ੍ਰੋਜੈਕਟ ਦਾ ਨਾਂ ਰੱਖਿਆ ਇਹਨਾਂ ਨੇ ਆਈਟੀ ਸਿਟੀ ਤੋਂ ਲੈ ਕੇ ਕੋਰਾਲੀ ਤੱਕ ਇਹ ਰੋਡ ਬਣ ਰਿਹਾ ਹੈ ਇਹ 205 A ਹੈ ਇਹਦੇ ਵਿੱਚ ਇਹ ਵੀ ਘੱਟੋ ਘੱਟ ਸਾਡੀ ਕਿਸਾਨਾਂ ਦੀ ਜਿਹੜੀ ਇੱਕ ਪ੍ਰਸ਼ਾਸਨ ਨਾਲ ਟੌਕ ਟੇਬਲ ਤੇ ਗੱਲਬਾਤ ਹੁੰਦੀ ਹੈ ਉਹ ਫਾਲ ਢੇਢ ਸਾਲ ਤੋਂ ਚੱਲਦੀ ਰਹੀ ਹੈ ਪਰ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਫਸਾਨ ਨੂੰ ਪਰੇਸ਼ਾਨ ਹੋ ਕੇ ਕਰੀਬ 7 ਮਹੀਨੇ ਤੋਂ ਡੀਸੀ ਦਫ਼ਤਰ ਮੁਹਾਲੀ ਅੱਗੇ ਧਰਨਾ ਲਾਣਾ ਪਿਆ ਉੱਥੇ ਅਸੀਂ ਬੈਠੇ ਆ ਜਦੋਂ ਅਸੀਂ ਡੀਸੀ ਦਫ਼ਤਰ ਡੀਸੀ ਸਾਹਿਬ ਨੂੰ ਕਿਹਾ ਵੀ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਓ ਇਹ ਉਹ ਕਹੋ ਸਾਹਬ ਹੱਥ ਅੜੇ ਕਰ ਦਿੰਦੇ ਵੀ ਸਾਡੇ ਹੱਥ 'ਚ ਕੁਝ ਨਹੀਂ ਜਦੋਂ ਉਹ ਕਹਿੰਦੇ ਵੀ ਤੁਸੀਂ ਕੋਰਟ 'ਚ ਜਾਓ ਅਸੀਂ ਹਾਈ ਕੋਰਟ ਜਾ ਕੇ ਫਰਿਆਦ ਕੀਤੀ ਹੈ ਕੋਰਟ ਨੂੰ ਅਸੀਂ ਆਪਣੇ ਜਿਹੜੇ ਕਰੀਬ 28 ਪਿੰਡ ਨੇ ਜਿਹੜੇ ਕਿਸਾਨ ਇਸ ਰੇਟ ਨੂੰ ਇਸ ਅਵਾਰਡ ਨੂੰ ਮਨਜ਼ੂਰ ਨਹੀਂ ਕਰਦੇ ਜਿਨ੍ਹਾਂ ਨੂੰ ਲੱਗਦਾ ਵੀ ਇਹਦੇ ਵਿੱਚ ਕਿਸਾਨਾਂ ਨਾਲ ਬੜਾ ਧੱਕਾ ਹੋਇਆ ਹੈ ਉਹ ਹਾਈ ਕੋਰਟ ਉਹਨਾਂ ਨੇ ਰਿਟ ਪਟੀਸ਼ਨਾਂ ਕਰੀਬ 40 42 ਡਾਇਰ ਕੀਤੀਆਂ ਨੇ ਉਹ ਲੱਗ ਚੁੱਕੀਆਂ ਨੇ ਜਦੋਂ ਇਹਨਾਂ ਨੂੰ ਨੋਟਿਸ ਹੋ ਚੁੱਕੇ ਨੇ ਹੁਣ ਜਿਹੜਾ ਐਨ ਐਚ ਆਈ ਹੈ ਉਹ ਉਹ ਤੋਂ ਸਟੇ ਤੋਂ ਪਹਿਲਾਂ ਪਹਿਲਾਂ ਉੱਜ ਮਿਨਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕੱਲ ਵੀ ਮਾਮੂ ਪਰ ਪਿੰਡ ਵਿੱਚ ਕੀਤਾ ਗਿਆ ਅੱਜ ਇੱਥੇ ਤੁਹਾਡੇ ਸਾਹਮਣੇ ਹੀ ਕਬਜ਼ੇ ਦਾ ਫਿਲਫਿਲਾ ਚੱਲ ਰਿਹਾ ਹੈ ਸਾਰੀ ਗੱਲ ਤਾਂ ਇਹ ਹੈ ਵੀ ਜਦੋਂ ਡੀਸੀ ਸਾਹਿਬ ਨੇ ਪ੍ਰਸ਼ਾਸਨ ਨੇ ਹੱਥੇ ਖੜੇ ਕਰ ਲਏ ਨੇ ਵੀ ਮੇਰੇ ਹੱਥ 'ਚ ਕੁਝ ਨਹੀਂ ਅਸੀਂ ਹਾਈ ਕੋਰਟ ਚਲੇ ਗਏ ਆਂ ਹਾਈ ਕੋਰਟ ਗੱਲ ਇਹ ਆ ਇੱਕ ਪ੍ਰੋਸੈਸ ਸਾਰੇ ਪ੍ਰਸ਼ਾਸਨ ਨੂੰ ਪਤਾ ਹੁੰਦਾ ਵੀ ਰਿਟ ਲੱਗਦੀ ਹੁੰਦੀ ਹੈ ਫਾਰਿਆਂ ਨੂੰ ਨੋਟਿਸ ਹੁੰਦੇ ਹੁੰਨੇ ਆ ਜੇ ਜਦੋਂ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਨਹੀਂ ਦੇਣਾ ਚਾਹੁੰਦਾ ਨਿਊ ਚੰਡੀਗੜ੍ਹ ਖੇਤਰ ਦਾ ਏਰੀਆ ਏ ਕੀਮਤਾਂ ਬਹੁਤ ਨੇ ਜਿਵੇਂ ਪਹਿਲਾਂ ਦੱਸਿਆ ਹੈ ਦੂਜੇ ਭਰਾਵਾਂ ਨੇ ਕਿ ਕੀਮਤ ਵੀ ਨਗੁਣੀ ਤੇ ਅਜੇ ਤੱਕ ਸਾਨੂੰ ਪੈਸੇ ਵੀ ਪੂਰੇ ਨਹੀਂ ਦਿੱਤੇ ਗਏ ਜੇ ਆਮ ਵੀ ਕੋਈ ਪ੍ਰਾਈਵੇਟ ਵੇਚਦਾ ਉਦੋਂ ਤੱਕ ਉਹ ਕਬਜ਼ਾ ਨਹੀਂ ਕਰਨ ਦਿੰਦਾ ਜਦੋਂ ਤੱਕ ਉਹਦੇ ਰਜਿਸਟਰੀ ਤੇ ਪੂਰੇ ਪੈਸੇ ਨਹੀਂ ਉਤਰਦੇ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਜੇ ਜਿਹੜੇ ਲੋਕਾਂ ਨੂੰ ਪੈਸੇ ਪਾਈ ਵੀ ਗਏ ਨੇ ਉਹ ਵੀ ਵੀ 30 ਲੱਖ ਰੁਪਏ ਇਹਨੇ ਉਦੀਪ ਕੁੱਲ ਰਕਮ ਤੋਂ ਜਿਹੜੇ ਕਿਸਾਨ ਅੱਜ ਇੱਥੇ ਆਪਣੀ ਜ਼ਮੀਨ 'ਚ ਬੈਠੇ ਨੇ ਰੋਕ ਰਹੇ ਨੇ ਜਿਨ੍ਹਾਂ ਦੀ ਅਸੀਂ ਮਦਦ ਕੋਈ ਅਸੀਂ ਵੀ ਪੇਟ ਤੇ ਕਿਸਾਨ ਹੈ ਅਸੀਂ ਵੀ 28 ਪਿੰਡਾਂ ਦੇ ਰੋੜ ਦੇ ਕਿਤੇ ਨਾ ਕਿਤੇ ਸਾਡੀ ਵੀ ਜ਼ਮੀਨ ਆ ਰਹੀ ਹੈ ਜਦੋਂ ਤੱਕ ਉਹ ਕਿਸਾਨਾਂ ਨੇ ਪੈਸਾ ਨਹੀਂ ਚੱਕਿਆ ਜਿਹੜੇ ਕਿਸਾਨਾਂ ਨੂੰ ਪੈਸੇ ਪਾਏ ਨੇ ਉਹਨਾਂ ਨੂੰ ਪੂਰੀ ਪੇਮੈਂਟ ਨਹੀਂ ਦਿੱਤੀ ਗਈ ਜੇ ਪ੍ਰਾਈਵੇਟ ਆਪਾਂ ਕੋਈ ਬੰਦਾ ਜ਼ਮੀਨ ਖਰੀਦਦਾ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹੁੰਦੀ ਹੈ ਰਜਿਸਟਰੀ ਕਰਾਏ ਤੋਂ ਬਾਅਦ ਉਹਦੀ ਪੂਰੀ ਉਹਨੂੰ ਪੋਜੈਸ਼ਨ ਦਿਆ ਜਾਂਦਾ ਪਰ ਇਹ ਤਾਂ ਕੀ ਹੈ ਇਹਨਾਂ ਨੇ ਪੈਸੇ ਵੀ ਨਹੀਂ ਦਿੱਤੇ ਬਿਨਾਂ ਪੈਸੇ ਤੋਂ ਸਾਡੀ ਜ਼ਮੀਨਾਂ ਤੇ ਕਬਜ਼ਾ ੱੱੱਕੇਸ਼ਾਈ ਨਾਲ ਲੈਣੇ ਚਾਹੀ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਪੁਲਿਸ ੱੱੱਕਾ ਕਰ ਰਹੀ ਹੈ ਜੇਕਰ ਫੱਡੀ ਇਹ ਗੱਲ ਇਹਨਾਂ ਨੇ ਸਾਡੀ ਛੋਟੀ ਗਿਣਤੀ ਨੂੰ ਭਾਪ ਕੇ ਇੱਕ ਫੱਡੇ ਨਾਲ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੀਆਂ ਸਮੂਹ ਕਿਸਾਨ ਜਤ ਜਿਹੜੀ ਰੋਡ ਸੰਯੁਕਤ ਕਿਸਾਨ ਕਮੇਟੀ ਹੈ ਇਹ 10 ਕਿਸਾਨ ਜਥੇਬੰਦੀਆਂ ਦੀ ਇੱਕ ਮੈਂਬਰਸ਼ਿਪ ਚ ਬਣੀ ਹੋਈ ਹੈ ਉਹ ਸਾਡਾ ਜੇ ਇਹਨਾਂ ਨੇ ੱੱੱਕਾ ਕਰਿਆ ਤਾਂ ਅਸੀਂ ਕਰਾਲੀ ਰੋਡ ਜਿਹੜਾ ਸਿਸਮਾ ਰੋਡ ਹੈ ਉਹਨੂੰ ਬੜੀ ਛੇਤੀ ਜਾਮ ਕਰਾਂਗੇ ਹਾਂ ਜੀ ਤੁਹਾਡਾ ਕੀ ਕਹਿਣਾ ਜੀ ਮੈਂ ਗੁਰਮਿੰਕ ਸਿੰਘ ਸਰਪੰਚ ਨਿਊ ਲਾਂਡਰਾਂ ਜੀ ਸਾਬਕਾ ਸਰਪੰਚ ਨੇ ਤੇ ਮੇਰਾ ਕਹਿਣਾ ਹੈਗਾ ਜੀ ਅਸੀਂ ਇਹ 28 ਪਿੰਡਾਂ ਦੀ ਜ਼ਮੀਨ ਹੈ ਇਹਦੇ 'ਚ ਤੇ ਆਈਟੀਸੀਟੀ ਨੰਗਾਰੀ ਤੋਂ ਲੈ ਕੇ ਇਹ ਆਪਣਾ ਇੱਥੇ ਸੀਸਮਾ ਰੋਡ ਨੂੰ ਮਿਲਦੀ ਹੈਗੀ ਕਰਾਲੀ ਹੋ ਕੇ ਤੇ ਇਹਨਾਂ ਨੂੰ ਜਿਹੜਾਂ ਲੋਕਾਂ ਨੇ ਕੁਝ ਬੰਦਿਆਂ ਨੇ ਪੈਸੇ ਨਹੀਂ ਚੱਕੇ ਮੁਆਜਾ ਘੱਟ ਕਰਕੇ ਪੈਸੇ ਨਹੀਂ ਚੱਕੇ ਇਹਨਾਂ ਨੇ ਕਿਹਾ ਅਸੀਂ ਡੀਸੀ ਦਫ਼ਤਰ ਦੇ ਅੱਗੇ ਅੱਜ 18 ਮਈ ਤੋਂ ਸਾਡਾ ਧਰਨਾ ਚੱਲ ਰਿਹਾ ਹੈਗਾ ਉੱਥੇ ਡੀਸੀ ਸਾਹਿਬ ਕਹਿੰਦਾ ਵੀ ਮੇਰੇ ਮੈਂ ਕਿਸੇ ਦਾ ਮਸਲਾ ਹੱਲ ਨਹੀਂ ਕਰ ਸਕਦਾ ਤੁਸੀਂ ਮੈਂ ਤੁਹਾਡੀ ਸੀਐਮ ਨਾਲ ਮੀਟਿੰਗ ਕਰਾ ਦਾਂਗਾ ਵੀ ਆ ਆਪਣਾ ਕੋਰਟ ਜਿ ਜਾਓ ਜਦੋਂ ਹੁਣ ਉਹਨਾਂ ਨੇ ਕਿਸੇ ਉਹ ਨਹੀਂ ਸਾਨੂੰ ਬਾਹ ਨਹੀਂ ਫੜਾਈ ਨਾ ਸੀਐਮ ਨਾਲ ਕਰਾਈ ਤੇ ਅਸੀਂ ਹੁਣ ਕੋਰਟ 'ਚ ਗਏ ਆ ਕੋਰਟ ਕੋਰਟ 'ਚ ਗਏ ਆ ਹੁਣ ਸਾਡਾ ਪਟੀਸ਼ਨ ਲੱਗ ਗਈ ਸਾਨੂੰ ਸਟੇ ਹੋ ਜੂਗੀ ਜਿੰਤੇ ਤੱਕ ਸਾਨੂੰ ਉਮੀਦ ਹੈਗੀ ਵੀ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਵੀ ਜਦ ਤੱਕ ਸਾਡੇ ਜ਼ਮੀਨ ਚੇਤੇ ਨਹੀਂ ਵੜਿਆ ਜਾਵੇ ਇੱਕ ਤਾਂ ਸਾਨੂੰ ਪੈਸਾ ਨਹੀਂ ਦਿੱਤਾ ਕੁੱਝ ਇਹ ਨਾ ਬੰਦਿਆਂ ਨੇ ਪੈਸੇ ਚੱਕ ਲਏ ਚਲੋ ਠੀਕ ਹੈ ਕਈਆਂ ਨੂੰ ਤਾਂ ਦਿੱਤਾ ਵੀ ਨਹੀਂ ਹੈਗਾ ਬਿਲਕੁਲ ਹੀ ਨਹੀਂ ਦਿੱਤਾ ਉਹਨਾਂ ਜਿਹੜੇ ਠੱਕੇ ਨਾਲ ਕਬਜ਼ੇ ਕਰ ਰਹੇ ਆਗੇ ਬਿਨਾਂ ਅਤਲਤੋ ਕਾਬਜ਼ੀ ਕਰ ਰਹੇ ਆ ਸਾਡਾ ਤਾਂ ਪ੍ਰਸ਼ਾਸਨ ਨੂੰ ਇਹੀ ਹੈ ਵੀ ਜੇ ਅਗਰ ਸਾਡੇ ਨਾਲ ਧੱਕਾ ਕੀਤਾ ਅਸੀਂ ਇਹ ਰੋਡ ਜਾਮ ਕਰ ਦਾਂਗੇ ਕਰਾਲੀ ਤੋਂ ਸਿਸਮਾ ਉਧਰ ਕਰ ਕੋਈ ਦੱਸਿਆ ਨਹੀਂ ਕਿ ਕੋਈ ਨੋਟਿਸ ਨਹੀਂ ਹੈ ਕੋਈ ਨੋਟਿਸ ਨਹੀਂ ਹੈ ਜੀ ਨੋਟਿਸ ਤਾਂ ਦੇਖੋ ਜਦੋਂ ਜਦੋਂ ਵੀ ਕੁਆਇਰ ਕਰਦੇ ਆ ਇਹ ਅਖਬਾਰਾਂ 'ਚ ਨਹੀਂ ਹੁੰਦਾ ਅਖਬਾਰ ਤਾਂ ਹਰੇਕੋਲ ਆਉਂਦਾ ਵੀ ਨਹੀਂ ਹੋਊਗਾ ਇਹ ਇੱਕ ਨੋਟਿਸ ਸਾਡੇ ਕੋਲ ਘਰੇ ਜਾਂਦਾਗਾ ਜਿਸ ਬੰਦੇ ਦੀ ਕੁਆਇਰ ਕਰਨ ਜਿਨ੍ਹਾਂ ਨੂੰ ਕੁਝ ਪੈਸੇ ਪੂਰੇ ਪੇਮੈਂਟ ਮਿਲ ਗਈ ਹੋਵੇ ਕੁ ਨਹੀਂ ਮਿਲੀ ਨਹੀਂ ਜੀ ਬਸ ਉਦੂਰੀ ਚੱਲ ਰਹੀ ਆ ਉਹਦਾ ਕੋਰਟਾਂ ਦੇ ਚੱਕਰ ਕੱਟਣਗੇ ਮੈਂ ਜਿੱਥੇ ਤੱਕ ਮੈਨੂੰ ਉਮੀਦ ਹੈਗੀ ਪੈਸਾ ਪਹਿਲਾਂ ਦਿੱਤਾ ਨਹੀਂ ਗਿਆ ਉਹਦੇ ਵਿੱਚ ਕੋਰਟ ਵਿੱਚ ਗਏ ਆ ਕਿਸਾਨ ਕਿਸਾਨ ਹੁਣ ਕੋਰਟ ਵਿੱਚ ਹੀ ਜਾਂਦੇ ਅਸੀਂ ਕੋਰਟ ਜੇ ਗਏ ਗਏ ਵੇਂਗੇ ਜੀ ਕੋਰਟ ਜੇ ਅਸੀਂ ਹਾਈ ਕੋਰਟ ਜ ਹਾਈ ਕੋਰਟ ਜਾਣਾ ਪਿਆ ਸਾਨੂੰ ਅਸੀਂ ਅਸੀਂ ਚੈਲੰਜ ਕਰਿਆ ਅਵਾਰਡ ਨੂੰ ਉਹਦੇ ਜ ਤੀਬ ਨੇ ਉਹਨਾਂ ਸਾਡੇ ਵਕੀਲ ਸਾਹਿਬ ਨੇ ਕਿਹਾ ਵੀ ਤੁਹਾਨੂੰ 24 ਜਿਹੜੇ 24 25 ਪੁਆਇੰਟ ਲਾਏ ਆ ਉਹਨਾਂ ਨੇ ਵੀ ਇਹ ਸਾਨੂੰ ਪਹਿਲਾਂ ਦੇਣਾ ਚਾਹੀਦਾ ਸਾਡੇ ਜਿਹੜੀ ਜ਼ਮੀਨ ਆ ਰਹੀ ਹੈ ਸਾਰੀ ਉਹ ਕਮਰਸ਼ੀਅਲ ਹੈ ਤੁਸੀਂ ਆਪ ਸਿਆਣੇ ਆਂਗੇ ਇਹ ਮੋਹਾਲੀ ਜ਼ਮੀਰਦੀ ਸਾਰੀ ਜ਼ਮੀਨ ਕਮਰਸ਼ੀਅਲ ਲੱਗੀ ਜਿਹੜੀ ਵੀ ਹੈਗੀ ਕਰੋੜਾਂ ਰੁਪਏ ਦੀ ਹੈਗੀ ਕਿ ਆਪਾਂ ਪਲਾਟ ਲੈਣ ਚੱਲੇ ਜਾਓ ਮੋਹਾਲੀ ਚ ਮੋਹਾਲੀ ਜ਼ਿਲ੍ਹੇ ਦੀ ਹੋ ਜ਼ਮੀਨ ਹੈ ਇਹ 100 ਗਾਜ ਦਾ ਪਲਾਟ ਤੁਹਾਨੂੰ ਘੱਟੋ ਘੱਟ ਕਰੋੜ ਦਾ ਮਿਲੇਗਾ ਇਸੇ ਘੱਟ ਕਿਤੇ ਕਿਤੇ ਕੀਮਤ ਨਹੀਂ ਹੈਗੀ ਹੁਣ ਤੁਸੀਂ ਦੇਖੋ ਆ ਨਾਲ ਕਰਾਲੀ ਹੈ ਕਰਾਲੀ ਦੇ ਨਾਲ ਇਹ ਪਿੰਡਾਂਗੇ ਪਿੰਡਾਂਗੇ 1 ਕਰੋੜ ਰੁਪਏ ਦੀ ਇਹ ਉਹ ਜ਼ਮੀਨ ਨਾਲੇ ਕੀ ਰੇਟ ਦੇ ਰਹੇ ਨੇ ਇਹ ਤੇ 1 ਕਰੋੜ 6 ਲੱਖ ਹੈ ਜੀ ਜਦੋਂ ਕਿ ਇੱਕ 100 ਗਾਜ ਦਾ ਪਲਾਟ ਨਹੀਂ ਮਿਲਦਾ 4800 ਗਾਜ ਲੈ ਕੇ ਇੱਕ 1 4800 ਗਾਜ ਲਿਆ 100 ਗਾਜ 100 ਗਾਜ ਦਾ ਵੀ ਰੇਟ ਨਹੀਂ ਹੈਗਾ ਤੁਸੀਂ ਮਾਲੀ ਰੇਟ ਕਰਦੇ ਕਿਤੇ ਦੇ ਕੇ ਤਾਂ ਵੀ ਪੈਸੇ ਪੂਰੇ ਨਹੀਂ ਦਿੱਤੇ ਗਏ ਪੂਰੇ ਪੂਰੇ ਨਹੀਂ ਜੀ ਕੀਮਤ ਪੂਰੀ ਹੈ ਹੀ ਨਹੀਂ ਜੀ ਸਰ ਕਿਸੇ ਇਹਨਾਂ ਨੇ ਆਵਾੜੇ ਹਜਾ ਸੁਣਾਇਆ ਕਿਤੇ 4 ਕਰੋੜ ਕਿਤੇ ਸਵਾ 4 ਕਰੋੜ ਕਿਤੇ 1 34 ਕਿਤੇ 1.5 ਕਰੋੜ ਕਿਤੇ 1 6 ਸਾਰੇ 28 ਪਿੰਡਾਂ ਦਾ ਆਵਾੜੇ ਹਜਾ ਕੀਤਾ ਵੀ ਸਾਰੇ ਨਾਸ ਮਾਰ ਦਿਆ ਨਾ ਕਿਸੇ ਨੂੰ ਮੋਟਰ ਦੇ ਪੈਸੇ ਨਾ ਕਿਸੇ ਨੂੰ ਪਲਾਈਨ ਦੇ ਪੈਸੇ ਹੁਣ ਦੋ ਫਾੜ ਜ਼ਮੀਨ ਹੋ ਗਈ ਜੀ ਸਾਡਾ ਕੋਈ ਸਾਫਤਾ ਕਿੱਲਾ ਤਾਂ ਨਹੀਂ ਇਧਰ ਕੁਝ ਰਹੇਗੀ ਕੋਈ ਸਾਈਡਰ ਇਹ ਮੋਟਰ ਸਾਡੀ ਇੱਕ ਪਾਸੇ ਰਹੇਗੀ ਦੂਜੇ ਪਾਸੇ ਵੀ ਜ਼ਮੀਨ ਹੈ ਹੁਣ ਕੋਈ ਰਾਸਤੇ ਨਹੀਂ ਮਿਲਣੇ ਹੈਗੇ ਜ਼ਿਮੀਦਾਰ ਕੀ ਤਾਂ ਸਾਰੇ ਹੀ ਉਜੜ ਗਏ ਹੁਣ ਤਾਂ ਦੇਖੋ ساری ਉਮਰ ਕਮਾਉਂਦਾਗਾ ਇਹ ਇਲਾਕੇ ਦਾ ਪਹਿਲਾਂ ਹੀ ਫਾੜੀ ਸੀ ਚੱਲ ਰਿਹਾ ਸੀ ਜੇ ਹੁਣ ਮਾੜਾ ਮੋਟਾ ਹੋਇਆਗਾ ਆਪਣੇ ਆਪਣੇ ਬੋਰਖਬਾਰ ਕਰਾ ਕੇ ਇਹਨਾਂ ਨੇ ਕਰੇਗੇ ਬੋਰ ਵੀ ਇੱਥੇ ਤੀਮਣੇ 700 800 1000 ਫੁੱਟ ਦੇ ਤੱਕ ਹੀ ਜਾਂਦਾਗਾ ਹੁਣ ਮਾੜਾ ਮੋਟਾ ਹੀਲਾ ਕਰਿਆਗਾ ਇਹਨਾਂ ਨੇ ਤਾਂ ਇਹਨਾਂ ਨੂੰ ਹੁਣ ਫਿਰ ਸਰਕਾਰਾਂ ਆ ਜਾੜਨ ਲੱਗੀਆਂ ਕੁਸ ਇੱਕ ਅੰਜਿਦਾ ਨੇ ਇੱਕ ਗਿੱਲਾ ਲੈ ਲਿਆ ਇੱਕ ਖੁੰਝਾ ਉਧਰ ਛੱਡ ਦਿਆ ਇੱਕ ਉਧਰ ਛੱਡ ਦਿਆ ਜਿ ਤਰ੍ਹਾਂ ਅਸੀਂ ਗਾਮਲੇ ਰੱਖਣੇ ਹੁੰਦੇ ਉਹਨਾਂ ਚ ਇਹ ਇਹ ਹਾਲ ਕੀਤਾ ਹੋਇਆ ਸਾਡਾ ਸਾਰਾ ਹੀ ਅਸੀਂ ਪ੍ਰਸ਼ਾਸਨ ਤੋਂ ਅਹੀ ਕਰਦੇ ਆਂ ਵੀ ਸਾਡੇ ਨਾਲ ਟੱਕਾ ਨਾ ਕਰੋ ਜੇ ਸਾਡੇ ਨਾਲ ਟੱਕਾ ਕੀਤਾ ਅਸੀਂ ਸੀ ਸਮਾ ਰੋੜਾ ਹੁਣੇ ਜਾਮ ਕਰਦਾਂਗੇ ਉਧਰ ਖੜਾ ਰੋੜਾ ਜਾਮ ਕਰਦਾਂਗੇ ਦੇਖੋ ਇਥੋਂ ਹਾਈਵੇ ਨਿਕਲਣਾ ਹੈ ਤੇ ਇਹ ਪ੍ਰਸ਼ਾਸਨ ਵਾਸਤੇ ਜਿਹੜੇ ਹਾਈਵੇ ਵਾਲੇ ਆਏ ਸੀ ਇੱਥੇ ਜੋ ਕਿ ਇਹ ਜਿਹੜੇ ਕਿਸਾਨ ਹੈਗੇ ਇੱਥੇ ਬੈਠੇ ਆਏ ਪਏ ਜਿਨ੍ਹਾਂ ਦੀ ਜ਼ਮੀਨ ਹੈਗੀ ਆ ਵੀ ਇਹਨਾਂ ਨੂੰ ਜਿਹੜੇ ਪੈਸੇ ਆ ਉਹਨਾਂ ਦੇ ਕਹਿਣ ਮੁਤਾਬਕ ਨਹੀਂ ਮਿਲ ਰਹੇ ਹੈਗੇ ਤੇ ਇਸ ਕਰਕੇ ਲੌਂਗ ਆਰਡਰ ਸਿਸ ਠੀਕ ਰੱਖਣ ਵਾਸਤੇ ਅਸੀਂ ਪੁਲਿਸ ਪ੍ਰਸ਼ਾਸਨ ਜਿਹੜਾ ਆ ਬਈ ਇੱਥੇ ਪਹੁੰਚਿਆ ਹੈ ਕੀ ਕਿਹੋ ਜੀ ਹੈ ਜੀ ਹੁਣ ਕੀ ਕੋਈ ਤਣਾਅਪੂਰਨ ਹਾਲਤ ਨਹੀਂ ਹੈ ਨਹੀਂ ਇਹ ਜੋ ਪੀਸਫੁੱਲ ਹੈਗੀ ਆ ਜੀ ਜਿਹੜਾ ਸਿਵਲ ਪ੍ਰਸ਼ਾਸਨ ਉਹ ਗੱਲ ਕਰ ਰਿਹਾ ਹੈ ਨਾਲ ਜਦੋਂ ਵੀ ਕੋ ਇਸੀਂ ਬੈਠੇ ਹਾਂ ਇੱਥੇ ਉਦੋਂ ਤੱਕ ਤੇ ਵੇਟ ਕਰਾਂਗੇ ਤੇ ਲੌਨ ਆਰਡਰ ਜਿਹੜਾ ਹੈ ਉਹ ਸਥਿਤੀ ਜਿਹੜੀ ਠੀਕ ਰੱਖਾਂਗੇ ਜੀ ਕਿਸਾਨ ਜਥੇਬੰਦੀਆਂ ਵੱਲੋਂ ਜੋ ਵਿਰੋਧ ਜਤਾਇਆ ਜਾ ਰਿਹਾ ਸੀ ਕਿ ਬਿਨਾਂ ਪੂਰੀ ਕੀਮਤ ਦਿੱਤੇ ਉਹਨਾਂ ਨੇ ਫਸਲਾਂ ਤਹਿਸਨੈਸ਼ ਕਰ ਦਿੱਤੀਆਂ ਕਿ ਇਹਨੇ ਕਬਜ਼ਾ ਲੈਣਾ ਚਾਹੁੰਦਾ ਹੈ ਨੈਸ਼ਨਲ ਅਥਾਰਟੀ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਪਰ ਉਹ ਵਿਰੋਧ ਦੇ ਵਿੱਚ ਡਟੇ ਹੋਏ ਨੇ ਹੁਣ ਦੇਖ ਰਹੇ ਹਾਂ ਕਿ ਕਾਫੀ ਸਮੇਂ ਤੋਂ ਬਾਅਦ ਹੌਲੀ-ਹੌਲੀ ਜੋ ਅਫਸਰ ਸਾਹਿਬਾਨ ਪਹੁੰਚੇ ਸੀ ਉਹ ਇੱਥੋਂ ਨਿਕਲ ਚੁੱਕੇ ਨੇ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤੇ ਕਿਸਾਨ ਜਥੇਬੰਦੀਆਂ ਦੇ ਉਹ ਵੀ ਉਸੇ ਤਰ੍ਹਾਂ ਡਟੇ ਹੋਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕੋਈ ਮਸ਼ੀਨ ਵੀ ਇੱਥੇ ਰੋਕੀ ਹੋਈ ਹੈ ਤੇ ਅਗਲੇ ਸਮੇਂ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਉਹ ਅਪਡੇਟ ਤੁਹਾਨੂੰ ਦਿੱਤੀ ਜਾਏਗੀ ਦੇਖਦੇ ਰਹੋ ਹਮੇਸ਼ਾ ਹੀ ਖਾਲਸਾ ਟੀਵੀ ਚੈਨਲ ਨਿਊ ਚੰਡੀਗੜ੍ਹ